بسم الله الرحمن الرحيم اللهم كل بدي قلب وجد بلي الحسن صلوات بعده وعلى أبائه في آل إسحاق وفي كل إسحاق من إسحاق إلى من نهار وليهم وعافتهم وقائدهم وناصرهم ودليلهم وإلهم حتى تسكن هو أرضكم وهم تطيعوا فيها قليلا یا رب محمد باب محمد ربیشور علام محمد باب محمد بار جل فرجا محمد سلوات میں کے سارے سلام ماشاء اللہ یہ سلو سو کی دتنا ذکر باب کا اہتمام ہے محنت قبولیت خاطر بھی سلوات سردار کی جان بادشاہ کی بلندی درجات کی خاطر بھی سلوات لاجاج مرضوں کی علاج کا ہے مجلس حسین جتنے بیمار ہیں صحت یابی کی خاطر بھی سلوات پڑھنے والا بھی سننے والا بھی آ جائے
ਜਿਵੇਂ ਕੰਜੂਸੀ ਕੀਤੀ ਨਾ ਤੇ ਫਿਰ ਅੱਗੇ ਸਾਲ ਸਾਰਾ ਤੁਸੀਂ ਸਰਕਾਰੀ ਵਫਾ ਨਾਲ ਵਾਸਤਾ ਰੱਖਣਾ ਇਹ ਜ਼ਿਹਨ ਵਿੱਚ ਸੋਚ ਕੇ ਰੱਖਣਾ ਅੱਜ ਬਾਬਾ ਸੁਬਾਨ ਅੱਲਾ ਅਤੇ ਮੁਸ਼ਾਹਿਦ ਜਾਨ ਦੀ ਔਰ ਬਜ਼ਾਇਦ ਦਰਮਿਆਨ ਦੌਰਾਨ ਵੀ ਸਰਕਾਰੀ ਵਫਾ ਨਾਲ ਸਾਡਾ ਰਾਬਤ ਹੈ ਅਤੇ ਸਾਰਾ ਸਾਲ ਅਸਾਂ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਉਣੀਆਂ 26 ਹਿਜਰੀ 4 ਸ਼ਬਾਨ ਬਰੋਜ਼ ਮੰਗਲ ਅਲੀ ਦੀ ਹਵੇਲੀ ਸੈਨ ਉਮਲ ਬਨੀਨ ਦੀ ਗੋਦ ਵਿੱਚ ਵਫਾ ਦਾ ਕੁਰਾਨ ਅਬਾਸ ਉਤਰਿਆ ਹੈ ਵਫਾ ਦੀ ਨਮਾਜ਼ ਦਾ ਨਮਾਜ਼ੀ ਅਬਾਸ ਆਇਆ ਅੱਜ ਜਿਹੜੇ ਬੰਦੇ ਅਜੇ ਤੱਕ ਨਹੀਂ ਮਿਲਦਾ ਪਹਿਲੇ ਜੁਮਲੇ ਤੋਂ ਬੋਲ ਸਕੇ ਵੈਸੇ ਤਾਂ ਇਹ ਅਸੀਆਂ ਸਾਰੀਆਂ ਲਜਬਾਲ ਨੇ ਲੇਕਿਨ ਅਸਲਾਬਾਦ ਵਾਲੇ ਹੋ ਇਹਨਾਂ ਸਾਰੀਆਂ ਹਸਤੀਆਂ ਵਿੱਚ ਜਿਹਦਾ ਹਰ ਵਕਤ ਹੱਥ ਖੁੱਲ੍ਹਾ ਰਹਿੰਦਾ ਨਾ ਉਹ ਅਬਾਸ ਹੈ ਕਿਆ ਸਿਰਫ ਕੱਪੜੇ ਸੀ ਕੇ ਰੱਖੇ ਗਏ
ਇਹ ਅੱਬਾਸ ਨਾਮ ਹੀ ਹੋਦੇ ਰੱਖੇ ਔਰ ਚੋਲੇ ਦਿੱਤੇ ਹੁਸੈਨ ਜੈਨ ਨੂੰ ਪੁੱਛੋ ਦੇ ਕਿ ਅੰਮਾ ਇਹ ਛੋਟੇ ਨੇ ਹਸਨ ਹੁਸੈਨ ਦੇ ਵੱਡੇ ਨੇ ਪਰ ਮੈਂ ਬੇਟਾ ਮੇਰੇ ਜਾਣ ਦੇ ਬਾਅਦ ਅੱਲਾ ਇੱਕ ਤੁਹਾਨੂੰ ਭਾਈ ਅਦਾ ਕਰੇਗਾ ਉਹਦਾ ਨਾਮ ਅੱਬਾਸ ਹੈ ਜਦੋਂ ਦੁਨੀਆਂ 'ਤੇ ਆਵੇ ਉਸਨੂੰ ਇਹ ਚੋਲੇ ਪਵਾ ਕੇ ਆਪਣੇ ਅੱਬਾਸ ਅੰਮਾ ਜ਼ਹਰਾ ਸਲਾਮ ਮਿਲ ਗਿਆ ਤੇ ਉਸ ਵਿੱਚ ਹਸਨ ਹੁਸੈਨ ਦੇ ਨਾਲ ਬਰਾਬਰ ਬਾਤ ਦਾ ਹਿੱਸਾ ਰੱਖਣਾ ਹੈ ਕਿਉਂ ਅੱਬਾਸ ਮੇਰਾ ਸਕਾ ਪੁੱਤਰ ਹੈ ਜਿਹੜੇ ਬੰਦੇ ਇਹਦੇ ਤੱਕ ਪਰੇਸ਼ਾਨ ਹੋ ਉਹ ਵਾਕਿਆ ਤੁਹਾਡੇ ਬੱਚੇ ਬੱਚੇ ਨੂੰ ਵੀ ਯਾਦ ਹੈ ਕੋਈ ਬੰਦਾ ਸਰਕਾਰ ਹੁਸੈਨ ਦੀ ਦੀਵਾਰੀ ਕੱਢੀ ਨਹੀਂ ਜੇ ਦੋ ਤਿੰਨ ਵਾਰੀ ਜਾਂਦਾ ਜੀ ਤੇ ਸਰਕਾਰ ਅੱਬਾਸ ਸਾਹਿਬ ਤਿੰਨ ਚਾਰ ਦਿਨ ਬਾਅਦ ਹੋਵਾਏ ਤੇ ਉਹ ਇੱਕ ਦਿਨ ਸ਼ਾਮ ਗਿਆ ਤੇ ਜਨਾਬੇ ਜ਼ਹਰਾ ਖਾ ਵੀ ਜਾ ਗਿਆ ਕਿਆ ਤੂੰ ਮੇਰੇ ਪੁੱਤਰ ਦੀ ਦੀਵਾਰੀ ਤੇ ਗੱਡ ਕਿਉਂ ਜਾਂਦਾ ਉਸਾ ਗਿਆ ਮੁਰਸ਼ਦ ਦਾਦੀ ਮੈਂ ਤੇ ਦਿਨ ਇੱਕ ਦਿਨ ਚਾਰ ਵਾਰੀ ਹੁਸੈਨ ਦੀ ਜ਼ਿਆਰਤ ਤੇ ਜਾਂਦਾ ਪਰ ਮਾਇਆ ਤੈਨੂੰ ਪਤਾ ਨਹੀਂ ਮੁਬਾਹਲਾ ਦੇ ਬਾਅਦ ਹਸਨ ਹੁਸੈਨ ਮੁਹੰਮਦ ਦੇ ਪੁੱਤਰ ਨੇ ਮੇਰਾ ਪੁੱਤਰ ਤੇ ਅੱਬਾਸ ਹੈ ਉਹ ਮੈਂ ਸੱਚ ਬਲਕਿ ਤੱਕ ਪਿਆਰ ਹੈ ਜਨਾਬੇ ਜ਼ਹਰਾ ਨੂੰ ਸਰਕਾਰੀ ਅੱਬਾਸ ਨਾਲ ਮੁਕਦੀ ਹੈ ਮੇਰੀ ਪੜ੍ਹਾਈ ਤੁਸੀਂ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਮੈਂ ਵੇਖ ਰਿਹਾ ਚਲੋ ਮੈਨੂੰ ਸਾਹਿਬ ਸ਼ੁਰੂ ਕਰ ਦੇਣਾ ਬਦਾਨੇ ਬਾਦਸ਼ਾਹ ਮੇਰੇ ਨਬੀ ਛੱਡ ਗਏ ਬੇਟਾ ਜ਼ਹਰਾ ਕੋਈ ਮੇਰੀ ਗੁਨਾਹਗਾਰ ਉਮਤ ਨੂੰ ਬਖਸ਼ਵਾਉਣ ਵਾਸਤੇ ਤੇਰੇ ਕੋਲ ਕੋਈ ਸ਼ਹਿਰ ਹੈ ਕਦਰ ਕਰੇ ਮੈਂ ਜੁਮਲੇ ਦੀ ਜਿਹੜਾ ਕਹਿੰਦਾ ਮੇਰੀ ਗੁਨਾਹਗਾਰ ਉਮਤ ਨੂੰ ਬਖਸ਼ਵਾਉਣ ਵਾਸਤੇ ਤੇਰੇ ਕੋਲ ਕੀ ਹੈ ਉਸ ਵੇਲੇ ਜ਼ਹਰਾ ਹੁਸੈਨ ਚਾਦਰ ਚੋਂ ਬਾਸ ਦੇ ਦੋ ਕੱਢੇ ਹੋਏ ਬਾਸ ਹੋ ਜਾਏ ਸਭ ਕਿਉਂ ਬਾਬਾ ਤੇਰੀ ਉਮਤ ਨੂੰ ਬਖਸ਼ਵਾਉਣ ਵਾਸਤੇ ਮੇਰੇ ਅੱਬਾਸ ਦੇ ਦੋ ਬਾਜ਼ੂ ਹੀ ਬੋਲ ਵਾਕਿਆ ਹੈ ਕਰਬਲਾ ਔਰ ਸ਼ਾਮ ਦੇ ਬਾਅਦ ਪੰਜ ਸਾਲਾਂ ਬਾਅਦ ਮੁਖਤਾਰ ਦੀ ਸ਼ਾਹੀ ਇਸ ਕਰਬਲਾ ਦਾ ਗਵਰਨਰ ਬੁਲਾਇਆ ਤੇ ਉਸਨੂੰ ਆਖਿਆ ਦਸ ਕਰਬਲਾ ਚ ਸਭ ਤੋਂ ਜ਼ਿਆਦਾ ਬਹਾਦਰ ਕੌਣ ਹੈ ਔਰ ਮੋਟਰ ਸ਼ਾਮੀ ਆਈ ਦੁਸ਼ਮਣ ਆਈ ਉਸ ਆਖਿਆ ਮੁਖਤਾਰ ਜੋ ਪੁੱਛੇਗਾ ਠੀਕ ਦੱਸੇਗਾ ਬਹਾਦਰ ਹੁਸੈਨ ਆਈ ਆਖੇ ਉਸ ਆਖਿਆ ਬਹਾਦਰ ਹੁਸੈਨ ਆਈ ਉਸ ਤੋਂ ਬਾਅਦ ਉਸ ਆਖਿਆ ਸ਼ਹਿਜ਼ਾਦਾ ਅਲੀ ਅਕਬਰ ਤੇ ਉਸ ਆਖਿਆ ਇਹਨਾਂ ਸਾਰਿਆਂ ਵਿੱਚ ਮਜ਼ਲੂਮ ਕੌਣ ਆਈ ਇਹਨਾਂ ਸਾਰਿਆਂ ਚੋਂ ਵੱਡਾ ਮਜ਼ਲੂਮ ਕੌਣ ਆਈ ਐਸਾ ਬਾਤ ਆ ਜਾਏ ਉਸ ਵੇਲੇ ਉਹ ਸ਼ਾਮੀ ਆ ਜਾਏ ਇਹਨਾਂ ਸਾਰਿਆਂ ਵੱਡਾ ਮਜ਼ਲੂਮ ਅੱਬਾਸ ਆਏ ਸਕਿਆ ਕਿਵੇਂ ਮਜ਼ਲੂਮ ਆਈ ਸਕਿਆ ਸਾਡੇ ਤਿੰਨ ਬੰਦਿਆਂ ਦੀ ਡਿਊਟੀ ਇਹਨਾਂ ਲਾਈ ਜਾਏਗੀ ਜੋ ਕਰਬਲਾ ਦੇ ਸ਼ਹੀਦਾਂ ਦੇ ਜ਼ਖਮ ਗਿਣੋ ਪਤਾ ਨਹੀਂ ਕਿਤੇ ਕਿਤੋਂ ਆਏ ਕਰੇਗਾ ਸ਼ਾਮੀ ਆਈ ਰੋ ਪਿਆ ਭਾਵੇਂ ਦੁਸ਼ਮਣ ਆਈ ਸਕਿਆ ਮੁਖਤਾਰ ਅਸੀਂ ਕਰਬਲਾ ਦੇ ਹਰ ਸ਼ਹੀਦ ਦੇ ਜ਼ਖਮ ਗਿਣਦੇ ਨੇ ਲੇਕਿਨ ਅੱਬਾਸ ਦੇ ਜ਼ਖਮਾਂ ਦੀ ਤਦਾਦ ਔਰ ਹਾਸ਼ਮੀ ਹੈ ਜੋ ਸਭ ਤੋਂ ਜ਼ਿਆਦਾ ਕਾਦਾਵਰ ਵੀ ਸਰਕਾਰੀ ਅੱਬਾਸ ਦੂਜੇ ਨੇ ਪਰੇਸ਼ਾਨ ਨੇ ਵਜ੍ਹਾ ਸਾਡੇ ਰੋਣ ਦੀ ਜਿਹੜਾ ਸਭ ਤੋਂ ਕਾਦਾਵਰ ਆਈ ਅੱਜ ਸਭ ਤੋਂ ਛੋਟੀ ਕਬਰ ਅੱਬਾਸ ਆਈ
असल खबर आई ये कि बड़ा उन्ना उन्दा रहा तो छोटा रहा जरा इतना करता हुआ उसकी कबर छोटी क्यों का इशारा आया तो सके समझते मुसलमान सिर्फ बाल से बाजू कलम नहीं दे आ मुसलमान सिर्फ बाल से बाजू नहीं कलम नहीं दे बल्कि जान मालू भी कलम नहीं जिंदगी का पता कोई नहीं अल्लाह जाने अगले सवाल कोई हो गए या ना हो गए जब भी मिल गया इधर जाने की नहीं है दुनिया को उनकी ना शुक्र कोशिश करी थी जब भी हम इस सवाल बात ना हो सकी ना कोई भी बात हमें ना कर पहुंचा सके हर कोई मोहम्मद के बैठा के सैन उमर बनी ना क्या अब्बास तू मेरी गल ना रोजे रसूल के अंदर सुन ماں پتر مولا رسول نے اندر کے فرمایا باس ہے قبر کس کی ہے فرمایا اپنی نبیاں دے سلطان دی میں کون ہوں تسی میری زشان ماں ہو اسلاب آتا جو عباس نے رہ دیا عباس نے رہ دیا جب پہلی والی سین عمر بنی سال کو جاد اللہ آئی گا فرمایا کہا سنو انتی واسطے محمد کی قبر بھی قسم ہے پتر واسطے ماں کا سال بھی قسم ان دو مقدس یادے ہاتھ رکھ کے میں نے قسم دے جب تک تم زندہ رہوے زینب کا برکہ سلامت رہوے عباس میں ترے والی گئی سیدہ آدھے تھے میں نے علی کی دی سفر لمبے کی میں گزرے گی ترے والی ایک کو جواب دیتے ہیں انہوں علی دی دی اما پریشان نہ ہو عباس آدھے نال نہیں بڑی مان نہیں علی دی میرا پتر کے گھر رام ہونے جگہ ہے اگے گجری رام ہون خیمے نے میرا پتر ماں یا وسیطہ یاد رکھی جت کے سیدانیاں دا خیمہ لگ جائے گا ہون بطول دا بیڑا سمجھے وہ دے اندر داخل نہیں ہونا وہ لکھواری پیان پھڑ تو ساڑھا گرا ہے ਅਜ਼ਾਬਾਦ ਆ ਜੋ ਅਜਮ ਮੰਜ਼ਰ ਲੱਗੇ ਵੀ ਇਹ ਬਾਤ ਜ਼ੇਰੀ ਚ ਹੋਵੇ ਉਹ ਲੱਖ ਵਾਰੀਆ ਤਾਂ ਤੂੰ ਸਾਡਾ ਵਿਰਾ ਹੈ ਤੂੰ ਆਖਣਾ ਨਹੀਂ ਮੈਂ ਨੌਕਰ ਹਾਂ ਤੁਸੀਂ ਬਦੂਰ ਜ਼ਾਲਮ ਮੈਂ ਤਨੀ ਜ਼ਾ ਪੁੱਤਰ ਮੇਰਾ ਪੁੱਤਰ ਜੇ ਤੇ ਮੇਰੀ ਲੋੜੀ ਆਜ਼ਮੀਆਂ ਦੇ ਵੇੜੇ ਆਈ ਆਈ ਤੇ ਮੈਂ ਤਨੀ ਦੇ ਬਦੂਰ ਤੇ ਕਦਮ ਨਹੀਂ ਰੱਖਿਆ ਮੱਥਾ ਰੱਖਿਆ ਤੇ ਮੈਂ ਕਿਹਾ ਲੈ ਬਦੂਲ ਦਾ ਬੇਟਾ ਗਵਾਰ ਹੋ ਗਈ ਮੈਂ ਮਾਂ ਬਣ ਕੇ ਨਹੀਂ ਆਈ ਮੈਂ ਕਨੀਜ਼ ਬਣ ਕੇ ਆਈ ਮਾਂ ਦੀਆਂ ਵਸੀਲਾਂ ਯਾਦ ਕਰਕੇ ਟੁਰ ਪਏ ਸਰਕਾਰੀ ਪਾਸ ਚਾਰ ਰੁਪਿਆ ਨਾਵੀਂ ਤੱਦੀ ਇਨਸ਼ਾਅੱਲਾ ਕਦੀ ਨਾ ਚੜ੍ਹਦਾ ਬਗਲਿਆਂ ਦੇ ਉੱਪਰ ਬਲਾ ਉਹਦੇ ਸ਼ਹੀਦਾਂ ਕਿ ਸਭ ਤੋਂ ਜ਼ਿਆਦਾ ਇਜਾਜ਼ਤ ਮੰਗਣ ਆ ਗਏ ਸਰਕਾਰੀ ਪਾਸ ਜਿਹੜੇ ਵੇਲੇ ਆਉਣਾ ਸਰਕਾਰੇ ਹੁਸੈਨ ਕੋਈ ਨਾ ਕੋਈ ਗੱਲ ਕਰਕੇ ਟਾਲ ਦੇਣਾ ਫਰਮਾਇਆ ਬਾਸ ਤੈਨੂੰ ਨਹੀਂ ਪਤਾ ਤੂੰ ਮੇਰੀ ਫੌਜ ਦਾ ਜਰਨੈਲ ਹੈ ਉਹ ਵੀ ਬੰਦਾ ਸ਼ੀਓ ਦੀ ਆਏ ਨਾ ਨਿਕਲੇ ਮੈਂ ਮੰਨ ਹੀ ਨਹੀਂ ਸਕਦਾ ਕਦਮਾਂ ਦੇ ਪਾਸੇ ਤਲਵਾਰ ਰੱਖ ਕੇ ਆਦਾ ਮਾਂ ਦੀ ਇੱਜ਼ਤ ਦਾ ਵਾਸਤਾ ਹੈ ਇੱਕ ਵਾਰੀ ਉਹ ਫੌਜ ਵਿਖਾ ਜੇ ਨਾ ਅਬਾਸ ਜਾ ਹੈ ਤੁਹਾਡਾ ਮਿਲਾਜ ਹੈ ਆਪਣੇ ਮਿਲਾਜ ਦਿਆ ਹੋਣਾ ਤੇ ਫਿਰ ਮੈਂ ਇੱਕ ਵੇਂ ਕਰਾਂ ਮੈਂ ਸਦਕੇ ਹੋਵਾਂ فرمایا مولا اکثر لڑن دی اجازت نہیں دیتے مرن دی اجازت دے چھوڑ مولا میں کی کروں میں جڑے ویلے کیمیا چ جانا بچے پانی دا سوال کردے فرما لیے ستین کتاب دے جملے نے دامی دی دی گل جنہ بچیاں دے منہ کھلے آن کھلے ہم کتنا سخت پڑھا جنہ دے باندھ آن وہ باندھی ہے اتنے خوش ہو چکے ہیں مولا بچیاں دی پیاس برداشت نہیں ہوتی مولا تیری دی جڑے ویلے میں کہنے جانا پیا دی چاچا پانی مولا پھر میں مرن دی جان دے چھوڑ ہاتھ سیا دا سینے تے چاہیے یا ہائے دی آواز چاہیے فرمایا لے پھر عباس اے دروازی او بلانی جا جتنے دل نہیں حملے کر
लेकिन हमलियां कर दिया ना एक गल का ख्याल करी आज जितने हमले कर बलाज करने ना कल मेना दे बदले ज़ैनब शाम दे बलाज आ जाए I
حالت کے لیے خبان سار زمین نہ دیکھو سا این سون داری دلی آترا کرنے میری چین رہی ہے عباس سار چال ہے پر دیسی جو بہنا سامنے سار نیمے نہیں کرنے میں تیری آسرے سار چایا ضروری لیکن استفاد آلیو عباس اکھاں نہیں کھولی سلام علی عباس اکھاں نہیں کھولی کیمی آئے دی علی دی سار زمین گوڑے میرے دی جوڑی نہیں دی اور دے بدلے جو کچھ منگن آگیا ماں تے حالی بلن دا واسطے میں حالی نہ ٹولی واسطہ میری ماں دے تے عباس کی منگڑا ہے دی علی دی مینو موت دی اجازت دے اسلاباد والے میں پوائنٹ چھوڑیا تے تو سن چھوڑیا اللہ مالک دے نے لفظ موت عباس دے منہ چ نکلیا ہے مور دیاں زندیاں عالیہ دے چہرے تے چھا گیا آدھی اچھ کے میرے نال موت منگیا جڑے میرے چوں پاسے سانو بدماش دے خاص خاص نہ بھی ڈاٹا دیتا ہی لیکن میں تینوں خالی نہیں توڑنا ایک منٹ صبر کر میں تیری موت دے سبب بنا دیا اما فضا جی کراں یادگار بدور اماں میں آج تک ہر بی بی نہیں درس دیتا نا کوئی بی بی تیز نہ ہوئے اماں یہ درس دیتا نا کوئی بی بی اچھا نہ بولے اماں آج جتنا تیز ہو سکتی ہے تو جتنا اچھا بول سکتی ہے بول ایک ایک کیمے چلا کر جس جس زینب دا اجڑ نہ ویکھ رہا ہے
ਨਾਲ ਫਰਮਾਇਆ ਬਾਤ ਥੋੜੇ ਗੱਲਾਂ ਨੇ ਸ਼ਿਮਰ ਤੋਂ ਤੇਰੇ ਜ਼ਿਆ ਦੇ ਨਾਲ ਮੇਰੀ ਜਾਨ ਅੱਲਾ ਕੇ ਲੈ ਜਾਣੀ ਫਰਮਾਇਆ ਅਬਾਸ ਵਾਸਤਾ ਦਾਦਾ ਦਿੱਤੇ ਠੀਕ ਹੈ ਮੈਂ ਮੌਤ ਦੀ ਇਜਾਜ਼ਤ ਦਿੰਦੀ ਹਾਂ ਉਹ ਮੈਦਾਨ ਤੂੰ ਜਾਣੀ ਤੇ ਮੈਦਾਨ ਜਾਣ ਮੈਂ ਜਾਣਾ ਤੇ ਸ਼ਾਮ ਦੇ ਤੰਗ ਮੋੜ ਜਾ ਮਾਇਆ ਪਾ ਦੁਆ ਕਰੀ ਮਹਾਂ ਕਹਿ ਬਾਬਾ ਅਲੀ ਦੱਸਦੇ ਹੁੰਦੇ ਹਨ ਜ਼ੈਨਬ ਬੇਟਾ ਸ਼ਾਮ ਦੇ ਲੋਕ ਬੜੇ ਕਮੀਨੇ ਲੇਕਿਨ ਅਬਾਸ ਮੈਦਾਨ ਜਾਣੇ ਤੋਂ ਪਹਿਲੇ ਮੇਰੀ ਜ਼ਿੰਦਗੀ ਦੀ ਹਜ਼ਰਤ ਪੂਰੀ ਕਰ ਫਰਮਾਇਆ ਕੈਸੀ ਹਜ਼ਰਤ ਫਰਮਾਇਆ ਜ਼ਿੰਦਗੀ 'ਚ ਮੈਂ ਬਾਬੇ ਅਲੀ ਨੂੰ ਬੋਲਦਿਆਂ ਵੇਖਿਆ ਖਲੋਂਦਿਆਂ ਵੇਖਿਆ ਤੁਰਦਿਆਂ ਵੇਖਿਆ ਮੈਂ ਜ਼ਿੰਦਗੀ 'ਚ ਬਾਬੇ ਅਲੀ ਨੂੰ ਘੋੜੇ 'ਤੇ ਸਵਾਰ ਹੁੰਦਿਆਂ ਨਹੀਂ ਵੇਖਿਆ ਅੱਜ ਆਪਣੀ ਮੇਰੇ ਆਪਣਾ ਰਖਵਾਲ ਕਰਾਓ ਦੇ ਅੰਦਰ ਮੰਗਾਓ ਮੇਰੇ ਸਾਹਮਣੇ ਘੋੜੇ 'ਤੇ ਸਵਾਰ ਹੋ ਮੈਂ ਵੇਖਾਂ ਮੇਰਾ ਬਾਬਾ ਕਿਵੇਂ ਸਵਾਰ ਹੁੰਦਾ ਹੈ ਮੁਕਦੀ ਹੈ ਮੇਰੀ ਪੜਾਈ ਅਬਾਸ ਦਾ ਘੋੜਾ ਜਿਸਦਾ ਨਾਮ ਹੈ ਅਸ਼ਰ ਹੁਸੈਨ ਜ਼ੈਨਬ ਦੇ ਹੁਕਮ ਦੇ ਅਹਿਮੇ ਦੇ ਅੰਦਰ ਆਏ ਚੌਂ ਪਾਸੇ ਬੀਬੀਆਂ ਦਾ ਮਾਤਮੀ ਹਲਕਾ ਹੈ ਟੁਰਦੇ ਟੁਰਦੇ ਸਰਕਾਰੇ ਅਬਾਸ ਆ ਕੇ ਘੋੜੇ ਦੀਆਂ ਵਾਗਾਂ ਚ ਹੱਥ ਪਾ ਕੇ ਕੋਈ ਸੱਜੇ ਵੇਖਿਆ ਵੱਲ ਖੱਬੇ ਵੇਖਿਆ ਮੇਰੀ ਸੈਨਾ ਦੀ ਹੋ ਨਾ ਸਵਾਰ ਮੈਂ ਮੰਨ ਹੀ ਨਹੀਂ ਸਕਦਾ ਖੁਸ਼ੀ ਆਵੇ ਤੇ ਮਾਤਮ ਕੀ ਨਾ ਕਰੇ ਜਦਣਾ ਕੇ ਨਾ ਹੋ ਸਵਾਰ ਉਸ ਵੇਲੇ ਅਬਾਸ ਦਾ ਮੱਥਾ ਘੋੜੇ ਦੀ ਗਰਦਨ ਤੇ ਲੱਗਿਆ ਹੈ ਤੇ ਰੋ ਗਿਆ ਤੇ ਮੁਰਸ਼ਦਾ ਦੀ ਦੁਆ ਮੰਗੋਸ਼ਾਲਾ ਗਰੀਬ ਕੋਈ ਨਾ ਹੋਵੇ ਫਰਮਾਇਆ ਕੇ ਬੜੇ ਫਰਮਾਇਆ ਜਦਣ ਕੇ ਜੜਦਾ ਇਦੋਂ ਅਕਬਰ ਆਵੇ ਮੇਰੀ ਸੈਨਾ ਦੀ
ਸੋਖਾ